ਗੁਰਬਾਣੀ ਦੀ ਬਣਤਰ ਸ਼ਲੋਕ ਮਹਿਲਾ 9 ਦੇ ਸ਼ਲੋਕਾਂ ਨੂੰ ਪੜ੍ਹਨ ਵੇਲੇ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਆਸਾਨ ਹੈ, ਪਰ ਜਦੋਂ ਅਸੀਂ ਇਸ ਦੀ ਲੜੀਵਾਰ ਵਿਚਾਰ ਸਾਂਝ ਕਰਨ ਲਈ ਇਸ ਦੀ ਗਹਿਰਾਈ ਤੱਕ ਗਏ ਤਾਂ ਪਤਾ ਲੱਗਿਆ ਕਿ ਵਿਚਾਰਨ ਨੂੰ ਬਹੁਤ ਕੁਝ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਲੋਕ ਮਹਿਲਾ 9 ਦੀ ਬਾਣੀ ਬਹੁਤ ਪ੍ਰਚਲਿਤ ਅਤੇ ਸੌਖੀ ਹੈ। ਖੁਸ਼ੀ ਗਮੀ ਦੇ ਮੌਕੇ ਤੇ ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਪਾਠ ਰਕਾਇਆ ਜਾਂਦਾ ਹੈ ਅਤੇ ਪਾਠ ਦੇ ਭੋਗ ਸਮੇਂ 9ਵੇਂ ਮਹੱਲੇ ਦੇ ਸ਼ਲੋਕ ਗਾਏ ਜਾਂਦੇ ਹਨ। ਇਸ ਲਈ ਹਰ ਕਿਸੇ ਦੀ ਜ਼ੁਬਾਨ ਉੱਤੇ ਵੀ ਹਨ। ਇਸ ਬਾਣੀ ਦੇ ਵਿਸ਼ੇ ਨੂੰ ਸਮਝਣ ਲਈ ਇਸ ਦੇ ਸਿਰਲੇਖ ਤੋਂ ਸਾਨੂੰ ਬਹੁਤ ਸਹਾਇਤਾ ਮਿਲੇਗੀ। ਇਸ ਪ੍ਰਕਰਣ ਦੇ ਸਿਰਲੇਖ ਅਤੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਲਿਆ ਤਾਂ ਸਾਨੂੰ ਇਹ ਬਾਣੀ ਸਮਝ ਆ ਜਾਵੇਗੀ ਅਤੇ ਇਸ ਨੂੰ ਸਮਝਣਾ ਸੌਖਾ ਹੋ ਜਾਵੇਗਾ। ਇਸ ਬਾਣੀ ਨੂੰ ਗੁਰਮਤ ਸਿਧਾਂਤਾਂ ਪੱਖੋਂ ਵਿਚਾਰਿਆ ਨਹੀਂ ਗਿਆ ਤਾਂ ਹੀ ਅਸੀਂ ਇਸ ਬਾਣੀ ਨੂੰ ਬਹੁਤ ਉਦਾਸੀਨ ਵਿਸ਼ੇ ਹੇਠ ਰੱਖ ਲਿਆ। ਅਗਿਆਨਤਾ ਵਸ ਇਸ ਬਾਣੀ ਨੂੰ ਅਸੀਂ ਵਿਆਹ ਜਾਂ ਹੋਰ ਖੁਸ਼ੀ ਦੇ ਮੌਕੇ 'ਤੇ ਨਹੀਂ ਪੜ੍ਹਦੇ ਹਾਂ, ਪਰਮਵਸ ਕੇਵਲ ਪਾਠ ਦੇ ਭੋਗ ਸਮੇਂ ਜਾਂ ਉਦਾਸੀਨ ਮੌਕੇ 'ਤੇ ਹੀ ਪੜ੍ਹਦੇ ਹਾਂ। ਇਹਨਾਂ ਸ਼ਲੋਕਾਂ ਵਿੱਚ ਆਈ ਸ਼ਬਦਾਵਲੀ ਜਿਵੇਂ ਕਿ ਧਨ ਦਾਰਾ ਸੰਪਤ ਸਗਲ, ਇਨ ਮੈਂ ਕਛੂ ਸੰਗੀ ਨਹੀਂ, ਤਰਨਾ ਪੋ ਇਉਂ ਹੀ ਗਇਓ, ਬਿਰਦ ਪਇਓ ਸੂਝੈ ਨਹੀਂ, ਜੈਸੀਆਂ ਪੰਕਤੀਆਂ ਨੂੰ ਗੁਰਮਤਿ ਦੀ ਕਸੌਟੀ 'ਤੇ ਨਾ ਸਮਝਣ ਕਾਰਨ ਸਾਨੂੰ ਭੁਲੇਖਾ ਪੈ ਗਿਆ ਹੈ ਅਤੇ ਗੁਰੂ ਸਾਹਿਬ ਸਾਨੂੰ ਉਦਾਸੀਨਤਾ ਜਾਂ ਤਿਆਗ ਸਿਖਾ ਰਹੇ ਹਨ। ਇਹਨਾਂ ਕਿਸੇ ਵੀ ਲਫਜ਼ਾਂ ਉੱਪਰ ਅਸੀਂ ਪੂਰੇ ਨਹੀਂ ਉਤਰ ਪਾਉਂਦੇ ਹਾਂ, ਇਸ ਲਈ ਸੋਚਦੇ ਹਾਂ ਕਿ ਇਹ ਬੜੀ ਉਦਾਸੀਨ ਅਵਸਥਾ ਹੈ। ਇਟਸ ਅ ਸਟੇਟ ਆਫ ਰਿਨੰਸੀਏਸ਼ਨ ਅਤੇ ਇਹ ਜਵਾਨੀ ਮਗਰੋਂ ਪੜ੍ਹਨ ਵਾਲੀ ਬਾਣੀ ਹੈ ਜਾਂ ਕਿਸੇ ਦੇ ਚਲਾਣੇ ਸਮੇਂ ਪੜ੍ਹਨ ਵਾਲੀ ਬਾਣੀ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੱਖ ਵੱਖ ਮੌਕਿਆਂ 'ਤੇ ਕੁਝ ਨਿਰਧਾਰਤ ਚੋਣਵੇਂ ਸ਼ਬਦ ਹੀ ਗਾਏ ਜਾਂਦੇ ਹਨ, ਜਿਵੇਂ ਕਿ ਬੁਖਾਰ ਠੀਕ ਕਰਨਾ ਹੈ ਤਾਂ ਦੁੱਖ ਭੰਜਨੀ ਪੜ੍ਹੋ, ਸੁੱਖ ਲੈਣਾ ਹੋਵੇ ਤਾਂ ਸੁਖਮਨੀ ਸਾਹਿਬ ਪੜ੍ਹੋ, ਵਿਆਹ ਵੇਲੇ ਪੱਲੇ ਟੈਂਡੇ ਲਾਗੀ ਪੜ੍ਹੋ, ਜੇ ਖੁਸ਼ੀਆਂ ਦਾ ਸਮਾਂ ਹੈ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਪੜ੍ਹੋ, ਜੇ ਘਰ ਪੁੱਤਰ ਜੰਮਿਆ ਹੈ ਤਾਂ ਪਰਮੇਸ਼ਰ ਦਿੱਤਾ ਬੰਨਾ ਪੜ੍ਹੋ, ਜੇ ਕੁਝ ਮੰਗਣਾ ਹੈ ਤਾਂ ਜੋ ਮੰਗੈ ਠਾਕੁਰ ਆਪਣੇ 'ਤੇ ਪੜ੍ਹੋ। ਇਸ ਤਰ੍ਹਾਂ ਅਸੀਂ ਅਗਿਆਨਤਾ ਵਸ ਹਰ ਵਿਸ਼ੇ 'ਤੇ ਵੱਖਰੇ ਵੱਖਰੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚੋਂ ਲੈ ਕੇ ਟੁਕਾ ਲਏ। ਵਿਚਾਰਨਯੋਗ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੁਨੀਆ ਦੇ ਹਰ ਮਨੁੱਖ ਨੂੰ ਸੁਚੱਜੀ ਜੀਵਨ ਜਾਂਚ ਲਈ ਪ੍ਰੇਰਦੀ ਹੈ। ਇਸ ਵਿੱਚ ਦਰਜ ਕੀਤੇ ਸ਼ਬਦਾਂ ਦੇ ਸਿਰਲੇਖ ਵੀ ਗੁਰੂ ਸਾਹਿਬ ਜੀ ਵੱਲੋਂ ਹੀ ਲਿਖੇ ਗਏ ਹਨ। ਇਸ ਲਈ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਸਿਰਲੇਖਾਂ ਅਤੇ ਉਸ ਵਿੱਚ ਆਈ ਜਾਣਕਾਰੀ ਨੂੰ ਸਮਝੀਏ। ਕਿਸੇ ਵੀ ਮਨੁੱਖ ਨੂੰ ਇਹ ਹੱਕ ਨਹੀਂ ਕਿ ਗੁਰਬਾਣੀ ਦੇ ਚੋਣਵੇਂ ਸ਼ਬਦਾਂ ਦਾ ਜਾਂ ਉਹਨਾਂ ਦਾ ਸੰਗ੍ਰਹਿ ਕਰਕੇ ਉਹਨਾਂ ਦਾ ਵਿਸ਼ਾ ਆਪਣੀ ਮਨ ਮਰਜ਼ੀ ਨਾਲ ਰੱਖੇ। ਜਦੋਂ ਤੱਕ ਬਾਣੀ ਬਾਬਤ ਸਾਡੇ ਇਹ ਭੁਲੇਖੇ ਨਾ ਲੱਥਣ ਤਾਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਾਵਰਥਾਂ ਨੂੰ ਸਮਝਣਾ ਔਖਾ ਹੈ। ਅਸੀਂ ਅਗਿਆਨਤਾ ਕਾਰਨ ਬਾਣੀ ਦੀ ਗਹਿਰਾਈ ਨਾ ਸਮਝਣ ਕਾਰਨ ਇਸ ਦੇ ਅਰਥਾਂ ਨੂੰ ਸਹੀ ਅਤੇ ਸੱਚ ਦੇ ਵਿਚਾਰ ਪੱਖੋਂ ਨਹੀਂ ਸਮਝ ਪਾਉਂਦੇ। ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਗੁਰਬਾਣੀ ਦੀ ਗਹਿਰਾਈ ਵਿੱਚ ਜਾਈਏ ਅਤੇ ਸਮਝੀਏ। ਇੱਥੇ ਮੈਂ ਆਪ ਸਭ ਜੀ ਨਾਲ ਇੱਕ ਹੋਰ ਗੱਲ ਸਾਂਝੀ ਕਰ ਲਵਾਂ।
ਕੇ ਸ਼ਬਦਾਂ ਦੇ ਭਾਵ ਅਰਥਾਂ ਨੂੰ ਸਮਝਣ ਲਈ ਸ਼ਬਦਾਵਲੀ ਨੂੰ ਗੁਰਮਤਿ ਪੱਖੋਂ ਸਮਝਣਾ ਬਹੁਤ ਜ਼ਰੂਰੀ ਹੈ। ਆਓ ਵਿਚਾਰੀਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਸ਼ਬਦਾਵਲੀ ਅਤੇ ਦੁਨਿਆਵੀ ਸ਼ਬਦਾਵਲੀ ਵਿੱਚ ਕੀ ਅੰਤਰ ਹੈ। ਸਭ ਤੋਂ ਪਹਿਲੇ ਦੁਨਿਆਵੀ ਬੋਲੀ ਵਿੱਚ ਅਸੀਂ ਆਤਮਘਾਤੀ ਸਿਊਸਾਈਡ ਉਸ ਨੂੰ ਕਹਿੰਦੇ ਹਾਂ ਜਦੋਂ ਕੋਈ ਇਨਸਾਨ ਗਲੇ 'ਚ ਰੱਸੀ ਪਾ ਕੇ ਜਾਂ ਜ਼ਹਿਰ ਖਾ ਕੇ ਮਰ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਵਿੱਚ ਆਤਮਘਾਤੀ ਉਸ ਨੂੰ ਕਹਿੰਦੇ ਹਨ ਜੋ ਰੱਬੀ ਗੁਣਾਂ ਭਰਪੂਰ ਜੀਵਨ ਨਹੀਂ ਜੀਵ ਰਿਹਾ, ਨਾਮ ਨਾ ਜਪੇ ਅਤੇ ਆਤਮਘਾਤੀ। ਦੂਸਰੀ ਗੱਲ, ਇਹ ਅੰਨੇ ਅਤੇ ਬੋਲੇ ਦੀ ਦੁਨਿਆਵੀ ਪਰਿਭਾਸ਼ਾ ਹੈ ਕਿ ਜੋ ਅੱਖਾਂ ਨਾਲ ਵੇਖ ਨਹੀਂ ਸਕਦਾ ਉਹ ਅੰਨਾ ਹੈ ਅਤੇ ਜੋ ਕੰਨਾਂ ਨਾਲ ਸੁਣ ਨਹੀਂ ਸਕਦਾ ਉਹ ਬੋਲਾ ਹੈ। ਪਰ ਗੁਰਬਾਣੀ ਅਨੁਸਾਰ ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਜੋ ਮਨੁੱਖ ਮਨ ਦੀ ਮੱਤ ਰੂਪੀ ਮਾਇਆ ਵਿੱਚ ਖਚਿਤ ਹੈ, ਸੱਚ ਵੇਖ ਅਤੇ ਸੁਣ ਨਹੀਂ ਸਕਦਾ, ਉਹ ਅੰਨਾ ਅਤੇ ਬੋਲਾ ਹੈ। ਅਤੇ ਤੀਜੀ ਗੱਲ, ਜੋ ਮਨੁੱਖ ਸਾਹ ਨਹੀਂ ਲੈ ਰਿਹਾ, ਡਾਕਟਰਾਂ ਨੇ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ, ਦੁਨਿਆਵੀ ਬੋਲੀ ਵਿੱਚ ਉਸ ਨੂੰ ਮ੍ਰਿਤਕ ਹੀ ਕਹਿੰਦੇ ਹਾਂ। ਪਰ ਗੁਰਬਾਣੀ ਅਨੁਸਾਰ ਜੇ ਕੋਈ ਆਪਣੇ ਆਪ ਨੂੰ ਬਹੁਤ ਸੁੰਦਰ ਸਮਝਦਾ ਹੈ, ਚਤੁਰ ਸਮਝਦਾ ਹੈ, ਉੱਚੇ ਕੁਲ ਦਾ ਸਮਝਦਾ ਹੈ, ਗਿਆਨ ਦੀਆਂ ਗੱਲਾਂ ਵੀ ਕਰਦਾ ਹੈ, ਪਰ ਰੱਬੀ ਗੁਣਾਂ ਭਰਪੂਰ ਜੀਵਨ ਜਿਉਣ ਦੀ ਤੜਪ ਨਹੀਂ ਹੈ ਤਾਂ ਮ੍ਰਿਤਕ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਹਨਾਂ ਉਦਾਹਰਣਾਂ ਤੋਂ ਸਾਫ਼ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਸ਼ਬਦਾਵਲੀ ਰੂਹਾਨੀ ਕਾਵ ਹੈ ਅਤੇ ਇਸ ਨੂੰ ਸਮਝਣ ਲਈ ਗੁਰਬਾਣੀ ਵਿੱਚੋਂ ਹੀ ਵੱਖ ਵੱਖ ਸ਼ਬਦਾਂ ਦਾ ਸਹਾਰਾ ਲੈਣਾ ਲਾਹੇਵੰਦ ਹੈ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ਸ਼ਲੋਕ ਮਹਿਲਾ ਨੌਵਾਂ ਦੀ ਵਿਚਾਰ ਕਰਦੇ ਹੋਏ ਵੀ ਐਸੀ ਸ਼ਬਦਾਵਲੀ ਆਏਗੀ ਜਿਵੇਂ ਕਿ ਧਨ, ਦਾਰਾ, ਸੰਪਤ, ਜਮ, ਫਾਸ ਆਦਿ। ਜੇ ਅਸੀਂ ਇਹਨਾਂ ਸ਼ਬਦਾਂ ਦੇ ਦੁਨਿਆਵੀ ਅਰਥ ਕੀਤੇ ਤਾਂ ਅਸੀਂ ਇਸ ਬਾਣੀ ਦੇ ਉਦਾਸੀਨ ਅਤੇ ਬੈਰਾਗਮਈ ਅਰਥ ਕਰਾਂਗੇ। ਪਰ ਜੇ ਇਸ ਸ਼ਬਦਾਵਲੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਮਝਾਂਗੇ ਤਾਂ ਪਤਾ ਲੱਗੇਗਾ ਕਿ ਇਹ ਤਾਂ ਸਾਡੇ ਜੀਵਨ ਨੂੰ ਉੱਚਾ ਕਰਨ ਲਈ ਹੈ। ਇਸ ਦਾ ਸਰੀਰਕ ਮੌਤ ਨਾਲ ਤਾਂ ਕੋਈ ਤਾਲੁਕ ਹੈ ਹੀ ਨਹੀਂ। ਇਹ ਬਾਣੀ ਮੈਨੂੰ ਸਮਝਾ ਰਹੀ ਹੈ ਕਿ ਮੈਂ ਆਪਣੇ ਜੀਵਨ ਦਾ ਮਿਆਰ ਉੱਚਾ ਕਿਵੇਂ ਕਰਨਾ ਹੈ, ਮੈਂ ਧਾਰਮਿਕ ਜੀਵਨ ਕਿਸ ਤਰ੍ਹਾਂ ਜਿਉਣਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਨੂੰ ਸਮਝਣਾ ਸਾਡਾ ਫਰਜ਼ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਸਮਝਣ ਦਾ ਬੜਾ ਸੌਖਾ ਢੰਗ ਹੈ। ਉਸ ਦੇ ਰਹਾਉ ਨੂੰ ਧਿਆਨ ਨਾਲ ਸਮਝੋ ਅਤੇ ਉਸ ਤੋਂ ਮਗਰੋਂ ਬਾਕੀ ਪਦਿਆਂ ਨੂੰ ਵਿਚਾਰੋ ਅਤੇ ਰਹਾਉ ਨਾਲ ਟੁਕਾਓ। ਜੇ ਫਿਰ ਵੀ ਸ਼ਬਦ ਦਾ ਪਾਵਰ ਸਮਝ ਨਾ ਆਏ ਤਾਂ ਉਸੇ ਲੜੀ ਵਿੱਚੋਂ ਕੁਝ ਅਗਲੇ ਜਾਂ ਪਿਛਲੇ ਸ਼ਬਦਾਂ ਦੇ ਪਾਵਰ ਸਮਝਣ ਦਾ ਯਤਨ ਕਰੋ ਤਾਂ ਬਾਣੀ ਦਾ ਪਰਕਰਣ ਸਮਝ ਆ ਜਾਵੇਗਾ। ਇਸ ਤਰ੍ਹਾਂ ਕਿਸੇ ਵੀ ਸ਼ਬਦ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ। ਪਰ ਸ਼ਲੋਕ ਮੈਲਾ ਨੌਵਾਂ ਵਿੱਚ ਰਹਾਉ ਨਹੀਂ ਹੈ। ਇਸ ਲਈ ਜਿੱਥੋਂ ਇਹ ਪ੍ਰਕਰਣ ਸ਼ੁਰੂ ਹੋ ਰਿਹਾ ਹੈ ਅਸੀਂ ਉੱਥੋਂ ਇਸ ਨੂੰ ਸਮਝਣ ਦਾ ਯਤਨ ਕਰਦੇ ਹਾਂ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਨਵਾਂ ਪ੍ਰਕਰਣ ਸ਼ੁਰੂ ਹੁੰਦਾ ਹੈ ਤਾਂ ਉੱਥੇ ਲਿਖਿਆ ਹੁੰਦਾ ਹੈ ਇੱਕ ਓਂਕਾਰ, ਸਤਨਾਮ, ਕਰਤਾ ਪੁਰਖ,
निरपौ निर्वैर अकाल मूरत अजूनी सैभंग गुर प्रसाद ए गुरमत दा मूल सिद्धांत है। कई थावां ते ए सरूप पूरा ना लिख के केवल एक ओंकार सतगुर प्रसाद लिखिया मिलता है। जदों पूरा ना होवे तां इसका मतलब परकरण इस तों पिछों शुरू होंदा है। नौवे मले दे श्लोकां दा सिरलेख है एक ओंकार सतगुर प्रसाद श्लोक महला नौवा। इत्थे पूरा स्वरूप ना होण कारण सानू गुरु ग्रंथ साहिब दे कुछ पन्ने पिछे जाना पवेगा क्योंकि परकरण पिछों शुरू हो रहा है। श्लोक महला नौवा दे कुल 57 श्लोक हैं जो कि गुरु ग्रंथ साहिब दे पन्ना नंबर 1426 तो शुरू होंदे हैं। इस तो पिछले पन्ने 1425 उत्ते महला पंजवा दे श्लोक हैं। इस दे सिरलेख ते भी केवल एक ओंकार सतगुर प्रसाद ही लिखिया मिलता है अते ए कुल 22 श्लोक हैं भाव के इथों भी प्रकरण आरंभ नहीं होंदा। सानू कुछ पन्ने होर पिछे जाना पवेगा। पन्ना नंबर 1421 ते श्लोक महला चौथा दे श्लोक दर्ज हैं जिन्हां दी गिणती 30 है अते इस दी आरंभता विच एक ओंकार सतगुर प्रसाद तो ही हुंदी है। फिर पन्ना नंबर 1413 ते श्लोक महला तीजा दा आरंभ भी एक ओंकार सतगुर प्रसाद है जो कि कुल 67 श्लोक हैं। इस तो होर पिछे पन्ना नंबर 1410 ते सिरलेख है एक ओंकार सतनाम कर्ता पुरख निरपौ निर्वैर अकाल मूरत अजूनी सैभंग गुर प्रसाद श्लोक 12 ते वधीक महला पहला। इत्थे मुकम्मल एक ओंकार तो गुर प्रसाद तक लिखिया है। गुरु नानक साहिब दे श्लोकां दी गिनती 30 है। इत्थों ए गल स्पष्ट होंदी है कि श्लोक महला नौवा दी बाणी दा प्रकरण इत्थों शुरू होंदा है। गुरु ग्रंथ साहिब विच जदों भी नवा प्रकरण शुरू होंदा है तां सब तो पहला महला पहला भाव गुरु नानक साहिब दी बाणी शुरू होंदी है। कुछ राग जिवें कि देवगंधारी बिहागड़ा जैतसरी आदि रागा विच महले पहले दी बाणी ना होण कारण लड़ीवार अगले महले दी बाणी दर्ज है। श्लोक महला नौवा दा प्रकरण श्लोक 12 ते वधीक तो शुरू होंदा है। वधीक दा अर्थ है 12 तो वध रहे श्लोक। गुरु ग्रंथ साहिब विच कुल 22 वारा हन। ये वारा पहला केवल पौड़ियां सन। गुरु अर्जन पातशाह जी ने आदि ग्रंथ की संपादना वेले पौड़ियां दे नाल रलवे श्लोक लड़ीवार महले पहले दूजे तीजे चौथे पंजवे दे लगा के वारा दर्ज कीतियां। जो श्लोक वादो बच गए वो सारे श्लोक गुरु ग्रंथ साहिब जी दे अखीर ते श्लोक 12 ते वधीक दे सिरलेख हेठां दर्ज हन। इन्हां वाधू श्लोकां नूं गुरु पातशाह ने ऐसे ढंग नाल तरतीब दित्ती कि सब तो पहला महला पहला दे श्लोक लगाए अते फिर लड़ीवार महला तीजा चौथा पंजवा अते नौवा महले दे श्लोक दर्ज हन। जे असी महला पहला दे श्लोकां दा प्रकरण समझ लईए तां सानू महले तीजे दे श्लोक समझने सौखे हो जाणगे। इसे तरह तीजे दे नाल चौथे पंजवे अते नौवे महले दे श्लोकां दी समझ पएगी। जे बणतर नूं समझ लईए तां
ਸਾਨੂੰ ਗੁਰਮਤ ਦੀ ਗਾਢੀ ਰਾਹ ਤੋਂ ਕੋਈ ਥੱਲੇ ਨਹੀਂ ਲਾ ਸਕਦਾ, ਕਿਉਂਕਿ ਸਾਨੂੰ ਸਿੱਧੀ ਗੱਲ ਪ੍ਰਕਰਨ ਅਨੁਸਾਰ ਸਮਝ ਪੈਂਦੀ ਜਾਂਦੀ ਹੈ। ਸ਼ਲੋਕ 12 ਅਤੇ ਵਧੀਕ ਤੋਂ ਇਸ ਪ੍ਰਕਰਨ ਨੂੰ ਸਮਝਣਾ ਲਾਹੇਵੰਦ ਹੋਵੇਗਾ।